ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰਿਆਂ ਦੇ ਵੈਸੇ ਤਾਂ ਮੇਰੇ ਚੈਨਲ ਦੇ ਤੁਸੀਂ ਕੋਈ ਇਹੋ ਜੀ ਵੀਡੀਓ ਨਹੀਂ ਦੇਖੋਗੇ ਪਰ ਇਹ ਵੀਡੀਓ ਬਣਾਉਣ ਦਾ ਕੁਝ ਖਾਸ ਕਹ ਲਓ ਕਿ ਮਕਸਦ ਸੀ ਕਿ ਜਿਹੜੀਆਂ ਕੁੜੀਆਂ ਅੱਜ ਕੱਲ ਆ ਰਹੀਆਂ ਨੇ ਨਵੇਂ ਬੱਚੇ ਆ ਰਹੇ ਆ ਉਹਨਾਂ ਨੂੰ ਇਹ ਚੀਜ਼ ਦੇ ਬਾਰੇ ਜਾਗਰੂਕ ਕਰਾਇਆ ਜਾਵੇ ਕਿਉਂਕਿ ਕਾਫੀ ਜ਼ਿਆਦਾ ਬੱਚੀਆਂ ਹੁੰਦੀਆਂ ਕੁੜੀਆਂ ਹੁੰਦੀਆਂ ਜਿਨ੍ਹਾਂ ਨੂੰ ਇਹ ਚੀਜ਼ ਬਾਰੇ ਪਤਾ ਨਹੀਂ ਹੁੰਦਾ ਮੈਂ ਇਹ ਵੀਡੀਓ ਕਿਉਂ ਬਣਾ ਰਿਹਾ ਕਿਉਂਕਿ ਇਹ ਆਰਟੀਕਲ ਦਾ ਜਿਹੜਾ ਇਸ ਦੇ ਰਿਲੇਟਿਡ ਜਿੱਥੋਂ ਮੈਂ ਇਹ ਸਾਰੀ ਸੋਰਸ ਆ ਜਿਹੜਾ ਮੇਰਾ ਹਿੰਦੂ ਪੋਸਟ ਦੀ ਅਖਬਾਰ ਤੇ ਇੱਕ ਪੰਜਾਬੀ ਅਖਬਾਰ ਤੇ ਇੱਕ ਕੈਨੇਡਾ ਟ ਸੋ ਉਹਨਾਂ ਨੇ ਇਹ ਚੀਜ਼ ਨੂੰ ਕਾਫੀ ਜ਼ਿਆਦਾ ਹਾਈਲਾਈਟ ਕਰਕੇ ਲੋਕਾਂ ਦੇ ਸਾਹਮਣੇ ਅਖਬਾਰ ਦੇ ਵਿੱਚ ਤੇ ਨਿਊਜ਼ ਦੇ ਵਿੱਚ ਲਿਆਂਦਾ ਤੇ ਮੈਨੂੰ ਲੱਗਿਆ ਕਿ ਮੇਰੇ ਚੈਨਲ ਦੇ ਥਰੂ ਜਿਹੜੇ ਬੰਦੇ ਅਖਬਾਰ ਨਹੀਂ ਪੜ੍ਹਦੇ ਜਾਂ ਟੀਵੀ ਨਹੀਂ ਦੇਖਦੇ ਲਾਈਕ ਨਿਊਜ਼ ਨਹੀਂ ਦੇਖਦੇ ਉਹਨਾਂ ਨੂੰ ਘੱਟੋ ਘੱਟ ਇਸ ਚੀਜ਼ ਬਾਰੇ ਥੋੜੀ ਬਹੁਤ ਜਾਗਰੂਕਤਾ ਹੋਵੇ ਤਾਂ ਕਿ ਉਹ ਇਸ ਗੰਦੇ ਦੇ ਵਿੱਚ ਇਸ ਸਕੈਂਡਲ ਦੇ ਵਿੱਚ ਜਾਂ ਇਸ ਸਕੈਮ ਦੇ ਵਿੱਚ ਨਾ ਫਸ ਸਕਣ ਸੋ ਇਹ ਸਾਰਾ ਜਿਹੜਾ ਆਰਟੀਕਲ ਹੈਗਾ ਇਹ ਹੈਗਾ ਜੀ ਟੋਰਾਂਟੋ ਬੇਸਡ ਐਲਸਪੈਥ ਹੈਵਰਡ ਸੈਂਟਰ ਫਾਰ ਔਮਨ ਜਿਨ੍ਹਾਂ ਦੇ ਜਨਰਲ ਮੈਨੇਜਰ ਜਾਂ ਕਹਿ ਲਓ ਕਿ ਡਾਇਰੈਕਟਰ ਹੈਗੇ ਨੇ ਮਿਸ ਸੁੰਦਰ ਸਿੰਘ ਲੇਡੀ ਤੇ ਇਹਨਾਂ ਨੇ ਸਾਰੀਆਂ ਸਾਰੇ ਹਵਾਲੇ ਦਿੱਤੇ ਆ ਇਹਨਾਂ ਦਾ ਕਹਿਣਾ ਕੀ ਆ ਇਹ ਹੁੰਦਾ ਕੀ ਆ ਕਿ ਸੈਕਸ ਟ੍ਰੈਫਿਕਿੰਗ ਦੇ ਵਿੱਚ ਜਿਹੜੀਆਂ ਇੱਥੇ ਕੁੜੀਆਂ ਆ ਜਾਂਦੀਆਂ ਆਪਣੀਆਂ ਬੱਚੀਆਂ 18 19 ਸਾਲ ਦੀਆਂ ਉਹਨਾਂ ਨੂੰ ਫਸਾਇਆ ਜਾਂਦਾ ਬਾਅਦ ਵਿੱਚ ਉਹਨਾਂ ਤੋਂ ਇੱਕ ਇੱਕ ਕੁੜੀ ਤੋਂ 2 2 ਲੱਖ 3 3 ਲੱਖ ਡਾਲਰ ਪਰ ਇਅਰ ਦੇ ਬਣਾਏ ਜਾਂਦੇ ਆ ਸਿਰਫ ਉਹਨਾਂ ਨੂੰ ਇੱਕ ਗੰਦ ਦੇ ਵਿੱਚ ਇਹ ਦਲਦਲ ਦੇ ਵਿੱਚ ਧਕੇਲ ਕੇ ਸੈਕਸ ਟ੍ਰੈਫਿਕਿੰਗ ਜਿੰਨਾਂ ਨੂੰ ਨਹੀਂ ਪਤਾ ਭਾਈ ਮੈਂ ਦੱਸ ਦਿੰਦਾ ਕੀ ਹੁੰਦੀ ਆ ਸੈਕਸ ਟ੍ਰੈਫਿਕਿੰਗ ਦੇ ਵਿੱਚ ਜਿੱਦਾਂ ਆਪਣੇ ਆ ਧੰਦੇ ਵਾਲੀਆਂ ਕੁੜੀਆਂ ਇੰਡੀਆ ਦੇ ਵਿੱਚ ਆਪਾਂ ਕਹਿ ਦਿੰਦੇ ਆ ਨਾਰਮਲ ਜਾਨ ਤੇ ਉਹ ਕੀ ਕਰਦੇ ਕੀ ਐਜ਼ ਅ ਪ੍ਰੋਸਟੀਚਿਊਡ ਇੱਥੇ ਕੰ ਕਿਸੇ ਦਾ ਵੀ ਮਨ ਨਹੀਂ ਹੁੰਦਾ ਪਰ ਇਹਨਾਂ ਦੇ ਅਕੋਰਡਿੰਗ ਕਹਿੰਦੇ ਕਿ ਜਿੰਨੀਆਂ ਸਾਡੇ ਕੋਲ ਕੁੜੀਆਂ ਆਉਂਦੀਆਂ ਨੇ ਉਹ ਵਿਲਿੰਗਲੀ ਵੀ ਕਈ ਹੁੰਦੀਆਂ ਕਈ ਆਪ ਕਰਦੀਆਂ ਨੇ ਕੰਮ ਤੇ ਕਈਆਂ ਨੂੰ ਧੱਕੇ ਦੇ ਨਾਲ ਕਰਵਾਇਆ ਜਾਂਦਾ ਪਰ ਇਹ ਕਹਿੰਦੇ ਕਿ ਜਿਹੜੀਆਂ 90% ਆਫ ਦੀ ਕੁੜੀਆਂ ਹੁੰਦੀਆਂ ਉਹਨਾਂ ਨੂੰ ਧੱਕੇ ਦੇ ਨਾਲ ਇਹਦੇ ਵਿੱਚ ਵੜਾਇਆ ਜਾਂਦਾ ਜਿਹੜੀ ਇਹ ਵਾਲੀ ਸੁਸਾਇਟੀ ਹੈ ਇਹ ਕੀ ਕਰਦੀ ਆ ਕਿ ਜਦੋਂ ਵੀ ਮੰਨ ਲਓ ਕਿਸੇ ਕੁੜੀ ਨੂੰ ਇਹ ਡਰ ਹੁੰਦਾ ਬਲੈਕ ਵੀ ਮੈਂ ਥੋਂ ਨਿਕਲਣਾ ਹੈ ਦਲਦਲ ਦੇ ਵਿੱਚ ਉਹ ਇਹਨਾਂ ਦੇ ਨਾਲ ਜਾ ਕੇ ਕੰਟੈਕਟ ਕਰਦੇ ਆ ਤੇ ਇਹ ਉਹਨਾਂ ਨੂੰ ਇਥੋਂ ਨਿਕਲਣ ਦੇ ਵਿੱਚੋਂ ਹੈਲਪ ਕਰਦੇ ਆ ਇਹਨਾਂ ਦੇ ਨਾਲ ਕਾਫੀ ਇਦਾਂ ਦੇ ਕੇਸ ਹੋਇਆ ਜਿਹੜੇ ਕਿ ਇਹਨਾਂ ਨੇ ਆਪਣੀ ਵੈਬਸਾਈਟ ਦੇ ਵਿੱਚ ਆਪਦੇ ਇੰਸਟਾਗ੍ਰam ਤੇ ਜਾਂ ਲਾਈਕ ਪੋਸਟ ਕੀਤੇ ਆ ਜਿਸ ਵਬ ਮਿਲਿਆ ਆਪਾਂ ਮਿਸ ਸੁੰਦਰ ਸਿੰਘ ਦੇ ਨਾਲ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਨ ਫਿਊਚਰ ਲਾਈਕ ਮੈਂ ਇਹਨਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਜੇ ਇਹਨਾਂ ਦੇ ਮੈਂਬਰ ਕੋਈ ਭਾਈ ਦੇਖ ਰਿਹਾ ਹੋਵੇ ਜਾਂ ਕਿਸੇ ਦੇ ਰਿਲੇਸ਼ਨ ਦੇ ਵਿੱਚ ਕੋਈ ਹੋਣ ਤਾਂ ਪਲੀਜ਼ ਸਾਡੇ ਨਾਲ ਜਰੂਰ ਕੰਟੈਕਟ ਕਰਾਓ ਇਨ ਡੀਟੇਲ ਆਪਾਂ ਵੀਡੀਓ ਫਿਰ ਲੇਕ ਉਸ ਦਿਨ ਬਣਾਵਾਂਗੇ ਜਿਹੜੀ ਅੱਜ ਵੀਡੀਓ ਹੈ ਜਸਟ ਮੈਂ ਸੰਖੇਪ ਰੱਖੂੰਗਾ ਅ ਮੈਂ ਵੀਡੀਓ ਕਿਉਂ ਬਣਾ ਰਿਹਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਨੂੰ ਇੱਕ ਪਹਿਲਾਂ ਇੱਕ ਦਿਨ ਕਿਸੇ ਨੇ ਪੋਸਟ ਪੇਜੀ ਫਿਰ ਸੈਕਿੰਡ ਡੇ ਕਿਸੇ ਨੇ ਪੋਸਟ ਪੇਜੀ ਫਿਰ ਮੈਨੂੰ ਇੱਕ ਕੁੜੀ ਨੇ ਦੱਸਿਆ ਕਿ ਮੈਂ ਇਹਦੇ ਵਿੱਚ ਬਚਦੀ ਬਚਦੀ ਲਾਈਕ ਵੜਦੀ ਵੜਦੀ ਬਚ ਗਈ ਹਨਾ ਕਿ ਮੈਂ ਇਹ ਸਕੈਂਡਲ ਦੇ ਵਿੱਚ ਜਾਂ ਇਹ ਕਹ ਲਓ ਕਿ ਦਲਦਲ ਦੇ ਵਿੱਚ ਫਾਸੀ ਚੱਲੀ ਸੀ ਫਾਸੀ ਕਿਵੇਂ ਚੱਲੀ ਸੀ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਕੋਲ ਜਿਹੜੀਆਂ ਕੁੜੀਆਂ ਆਉਂਦੀਆਂ ਉਹ ਕਹਿੰਦੀਆਂ ਕਿ ਇਹ ਜਿਹੜੇ ਬੰਦੇ ਹੁੰਦੇ ਇਹਨਾਂ ਨੂੰ ਪਿੰਪਸ ਕਿਹਾ ਜਾਂਦਾ ਇਹ ਗੁਰਦਾਰਿਆਂ ਦੇ ਬਾਹਰ ਮਾਰਕੀਟ ਦੇ ਵਿੱਚ ਜੋਬ ਏਜੰਸੀਆਂ ਦੇ ਵਿੱਚ ਇਸ ਤਰੀਕੇ ਨਾਲੇ ਵਰਕਆਊਟ ਕਰਦੇਗੇ ਅਸੀਂ ਉੱਥੋਂ ਸ਼ਿਕਾਰ ਫੜੀਏ ਆਪਦਾ ਇੱਕ ਤਰੀਕੇ ਦਾ ਕੁੜੀਆਂ ਬਹੁਤ ਆਈਆਂ ਇੱਥੇ 18 19 ਸਾਲ ਦੀਆਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਅਸੀਂ ਘਰੋਂ ਬਾਹਰ ਕਿਵੇਂ ਰਹਿਣਾ ਕਦੀ ਉਹ ਘਰੋਂ ਬਾਹਰ ਨਹੀਂ ਰਹੀਆਂ ਇੰਡੀਆ ਦੇ ਵਿੱਚ ਸੋ ਉਹਨਾਂ ਨੂੰ ਕਹਿੰਦੇ ਫਸਾਉਣਾ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਸੌਖਾ ਹੈ ਉੱਤੋਂ ਇੱਥੇ ਮਹਿੰਗਾਈ ਆਣੀ ਹੈ ਕੰਮ ਨਹੀਂ ਹੈਗਾ ਸੋ ਉਹ ਕੰਮ ਦੇ ਲਾਲਚ ਦੇ ਵਿੱਚ ਕੁੜੀਆਂ ਨੂੰ ਫਸਾਇਆ ਜਾਂਦਾ ਕਈ ਕੁੜੀਆਂ ਵਿਲਿੰਗਲੀ ਕਰਨੀਆਂ ਕਈਆਂ ਨੂੰ ਧੱਕੇ ਦੇ ਨਾਲ ਇਹਦੇ ਵਿੱਚ ਫਸਾਇਆ ਜਾਂਦਾ ਹੁਣੇ ਫਸਾਉਂਦੇ ਕਿਦਾਂ ਇਹਨਾਂ ਦਾ ਮਿਸੁੰਦਰ ਦਾ ਕਹਿਣਾ ਹੈ ਕਿ ਇਹ ਲਾਈਕ ਬੜਾ ਤਰੀਕਾ ਅਪਣ ਬਾਜੇ ਮੈਂ ਵੀ ਤੁਹਾਨੂੰ ਦੱਸਦਾ ਜਿਹੜਾ ਉਹ ਕੁੜੀ ਨੇ ਮੇਰੇ ਨਾਲ ਸ਼ੇਅਰ ਕੀਤਾ ਇਹ ਕਹਿੰਦੇ ਕਿ ਜਿਹੜਾ ਇਹਨਾਂ ਦਾ ਤਰੀਕਾ ਨਾ ਇਹ ਹੈਗਾ ਕਿ ਜਿਵੇਂ ਮੰਨ ਲਓ ਇੱਕ ਕੁੜੀ ਆ ਕੋਈ ਉਹਨਾਂ ਨੂੰ ਮਿਲ ਗਈ ਮਾਰਕੀਟ ਦੇ ਵਿੱਚ ਜਾਂ ਕਿਤੇ ਵੀ ਇਹਨਾਂ ਨੇ ਉਹਦੇ ਨਾਲ ਗੱਲਬਾਤ ਕਰਨੀ ਹੈ ਹਨਾ ਤੇ ਕੁੜੀ ਨੂੰ ਇਹ ਲੱਗਣਾ ਯਾਰ ਕਿ ਮੈਨੂੰ ਬਹੁਤ ਵਧੀਆ ਫੀਲ ਕਰਾ ਰਹੇ ਆ ਕਿਉਂ ਕਿ ਘਰੋਂ ਬਾਹਰ ਆਈਆਂ ਨੇ ਉਹਨਾਂ ਨੂੰ ਹੋਮ ਸਿਕਨੈਸ ਵੀ ਹੋ ਰਹੀ ਹੈ ਉਹਨਾਂ ਨੂੰ ਪ੍ਰੈਸ਼ਰ ਵੀ ਹੈ ਕੰਮ ਦਾ ਤੇ ਉਹਨਾਂ ਦੇ ਉੱਤੇ ਇਹ ਵੀ ਆ ਕਿ ਤੁਸੀਂ ਜਿਹੜੀ ਆਪਦੀ ਫੀਸ ਆ ਅੱਗੋਂ ਆਪ ਕਰਨੀ ਹੈ ਕਿਉਂਕਿ ਮਾਪਿਆਂ ਨੇ ਜਿਹੜੀ ਆਪਣੇ ਬੰਦੇ ਦੀ ਬਹੁਤ ਜ਼ਿਆਦੀ ਵੱਡੀ ਗਲਤੀ ਹੈ ਕਿ ਕੁੜੀਆਂ ਦੇ ਉੱਤੇ 18 ਅਸੀਂ ਤੁਹਾਨੂੰ ਕੁਝ ਨਹੀਂ ਭੇਜਣਾ ਉਹ ਵੀ ਕੀ ਕਰਨ ਇੱਥੇ ਆ ਕੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਤੇ ਉਹ ਇਧਰ ਲਾਈਕ ਜਿਹੜੇ ਬੰਦੇ ਉਹਨਾਂ ਦੀ ਸਪੋਰਟ ਕਰਦੇ ਕਹਿ ਲਓ ਇੱਕ ਤਰੀਕੇ ਨਾਲ ਪਹਿਲਾਂ ਸਪੋਰਟ ਹੀ ਕਰ ਰਹੇ ਉਹਨਾਂ ਦੇ ਵਾਲੇ ਕਰਸ਼ਿਤ ਹੋ ਜਾਂਦੀਆਂ ਬਸ ਇੰਨਾ ਕੁ ਮੈਂ ਕਹਿ ਸਕਦਾ ਜਦੋਂ ਉਹਨਾਂ ਦੇ ਨਾਲ ਅਟਰੈਕਟ ਹੁੰਦੀਆਂ ਉਹਨਾਂ ਦੇ ਨਾਲ ਯਾਰੀ ਪੈਂਦੀ ਹੈ ਯਾਰੀ ਪੈਣ ਤੋਂ ਬਾਅਦ ਉਹ ਤੁਹਾਨੂੰ ਮਹਿੰਗੇ ਮਹਿੰਗੇ ਕੁੜੀਆਂ ਨੂੰ ਮਹਿੰਗੇ ਮਹਿੰਗੇ ਗਿਫਟ ਦਿੰਦੇ ਆ ਤਰੀਕੀ ਦੇਤਾ ਕਰੀ ਉਹਦੀ ਫੀਸ ਭਰਤੀ ਉਹਦਾ ਰੈਂਟ ਦੇਤਾ ਹਨ ਬਾਅਦ ਦੇ ਵਿੱਚ ਇਹਨਾਂ ਦਾ ਇਹ ਕਹਿਣਾ ਮੀਸ ਸੁੰਦਰ ਸਿੰਘ ਦਾ ਇਹ ਕਹਿੰਦੇ ਆ ਕਿ ਬਾਅਦ ਦੇ ਵਿੱਚ ਇਹ ਕੀ ਕਰਦੇ ਆ ਕੁੜੀ ਨੂੰ ਕਹਿੰਦੇ ਆ ਯਾਰ ਉਹ ਨਾ ਮੇਰਾ ਇੱਕ ਯਾਰ ਦੋਸਤ ਸੀ ਉਹਦਾ ਬਹੁਤ ਹੀ ਬੈਡ ਟਾਈਮ ਚੱਲ ਰਿਹਾ ਉਹਦੀ ਮੈਰਿਜ ਕਰਕੇ ਹੁਣ ਉਹ ਬਹੁਤ ਜ਼ਿਆਦਾ ਲੋ ਫੀਲ ਕਰਦਾ ਤੂੰ ਇੱਕ ਐਦਾਂ ਕਰ ਇੱਕ ਰਾਤ ਉਹਦੇ ਨਾਲ ਗੁਜ਼ਾਰ ਲੈ ਤੇ ਕਹਿੰਦੇ ਆ ਕਿ ਜੇ ਇੱਕ ਰਾਤ ਕਿਸੇ ਨਾਲ ਤੁਸੀਂ ਗੁਜ਼ਾਰ ਲਈ ਤੇ ਉਹੀ ਬਹੁਤ ਜ਼ਿਆਦੀ ਆ ਗਈ ਉਹੀ ਇਨਫਾ ਤੁਹਾਡੀ ਲਾਈਫ ਬਰਬਾਦ ਕਰਨ ਦੇ ਲਈ ਸੋ ਇਹਨਾਂ ਦੇ ਅਕੋਰਡਿੰਗ ਕਹਿੰਦੇ ਵੀ ਇੱਕ ਰਾਤ ਜਦੋਂ ਤੁਸੀਂ ਕਿਸੇ ਨਾਲ ਗੁਜ਼ਾਰ ਲੈਂਦੇ ਹੋ ਉਸ ਤੋਂ ਬਾਅਦ ਇਹ ਤੁਹਾਡੀ ਵੀਡੀਓਜ਼ ਬਣਾ ਲੈਂਦੇ ਆ ਤੁਹਾਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੇ ਆ ਉਸ ਤੋਂ ਪਹਿਲਾਂ 3 ਮਹੀਨੇ 4 ਮਹੀਨੇ ਤੁਹਾਡੇ ਨਾਲ ਗੱਲ ਕਰਕੇ ਇਹਨਾਂ ਕੋਲ ਸਾਰਾ ਤੁਹਾਡਾ ਡਾਟਾ ਹੁੰਦਾ ਕੀ ਕੁੜੀਆਂ ਕਿੱਥੇ ਜਾਂਦੀਆਂ ਕਿਵੇਂ ਕਰਦੀਆਂ ਉਹਨਾਂ ਦਾ ਪਰਿਵਾਰ ਕਿੱਥੇ ਆ ਤੇ ਕਿਹੜੀ ਕਿਹੜੀ ਮੁਸ਼ਕਿਲ ਦੇ ਵਿੱਚੋਂ ਗੁਜ਼ਰ ਰਹੀਆਂ ਸੋ ਉਹ ਚੀਜ਼ ਦੇ ਰਿਲੇਟਡ ਤੁਹਾਨੂੰ ਬਲੈਕਮੇਲ ਕਰਦੇ ਆ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਕੁੜੀਆਂ ਨੂੰ ਪੈਸੇ ਵੀ ਆਫਰ ਕੀਤੇ ਜਾਂਦੇ ਆ ਕਿ ਤੂੰ ਇਹ ਕੰਮ ਕਰ ਅਸੀਂ ਤੈਨੂੰ ਪੈਸੇ ਦਵਾਂਗੇ ਈਜ਼ੀ ਮਨੀ ਤਾਂ ਬਹੁਤ ਆਉਂਦੀ ਆ ਸਟਾਰਟਿੰਗ ਦੇ ਵਿੱਚ ਪਰ ਬਾਅਦ ਦੇ ਵਿੱਚ ਇਹ ਮਨੀ ਡ੍ਰੌਪ ਮਤਲਬ ਬੰਦ ਕਰ ਦਿੰਦੇ ਆ ਬਾਅਦ ਵਿੱਚ ਕੁੜੀਆਂ ਨੂੰ ਸਿਰਫ ਰਹਿਣ ਦੇ ਲਈ ਇੱਕ ਰੂਮ ਤੇ ਰੋਟੀ ਪਾਣੀ ਦਿੰਦੇ ਆ ਠੀਕ ਆ ਇਹਨਾਂ ਦਾ ਇਹ ਲਾਈਕ ਇਹਨਾਂ ਨੇ ਸਾਰਾ ਕੁਝ ਲਿਖਿਆ ਇਦਾਂ ਕਿਵੇਂ ਤਿੰਨ ਸਾਲ ਪਹਿਲਾਂ ਕਿ ਦੋ ਸਾਲ ਪਹਿਲਾਂ ਤਿੰਨ ਸਾਲ ਤੋਂ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ ਸੀ ਉਹ ਸਿਰਫ ਉਹਦੇ ਕੋਲ ਸੈਕਸ ਟਰੈਫਿਕਿੰਗ ਹੀ ਕਰਾਉਂਦੇ ਸੀ ਹੋਰ ਲਾਈਕ ਉਹ ਕੁੜੀ ਦਾ ਕੋਈ ਮਤਲਬ ਨਹੀਂ ਸੀ ਤੇ ਇਹ ਕਹਿੰਦੇ ਆ ਮਿਸ ਸੁੰਦਰ ਸਿੰਘ ਇਹਨਾਂ ਦੀ ਸੰਸਥਾ ਨੇ ਇਹ ਅਨੁਮਾਨ ਲਗਾਇਆ ਕਿ ਇੱਕ ਕੁੜੀ ਤੋਂ ਇੱਕ ਪਿੰਮਸ 2 ਤੋਂ 3 ਲੱਖ ਡਾਲਰ ਪਰ ਇਅਰ ਬਣਾਉਂਦਾ ਆ ਕਿੰਨੀ ਜਿਆਦੀ ਵੱਡੀ ਅਮਾਉਂਟ ਤੇ ਕਿੰਨੀ ਤਾਦਾਦ ਦੇ ਵਿੱਚ ਕੁੜੀਆਂ ਇਸ ਸਕੈਂਡਲ ਦੇ ਵਿੱਚ ਫਸੀਆਂ ਹੋ ਸਕਦੀਆਂ ਜਿਆਦਾ ਨਹੀਂ ਆਪਾਂ ਕਹਿੰਦੇ ਜੇ 1% ਵੀ ਕੁੜੀਆਂ ਫਸੀਆਂ ਨਾ ਉਹ ਵੀ ਬਹੁਤ ਜ਼ਿਆਦਾ ਕਿਉਂਕਿ ਪਿਛਲੇ ਸਾਲ ਜੇ ਆਪਾਂ ਗੱਲ ਕਰੀਏ ਕਿ 3 ਲੱਖ 3 ਕਿਲੱਖ ਜਵਾਕ ਇੱਥੇ ਆਇਆ ਕੈਨੇਡਾ ਜੇ 3 ਲੱਖ ਦਾ 1% ਹੀ ਕਿੰਨਾ ਜ਼ਿਆਦਾ ਬਣ ਜਾਂਦਾ ਜੇ ਉਹਦੇ ਵਿੱਚ ਮੁੰਡੇ ਕੁੜੀਆਂ ਕੱਢ ਦੋ ਤੁਸੀਂ ਲਾਈਕ ਬਹੁਤ ਹੀ ਜ਼ਿਆਦਾ ਬਣ ਜਾਂਦਾ ਸੋ ਇਹ ਸੰਸਥਾ ਹੈਲਪ ਕਰਦੀ ਆ ਜੇ ਕੋਈ ਬੰਦਾ ਇਸ ਦੇ ਚੀਜ਼ ਦੇ ਵਿੱਚ ਫਸਿਆ ਉਹਨੂੰ ਬਾਹਰ ਕੱਢਣ ਦੇ ਵਿੱਚ ਇਹ ਸਾਰੇ ਹੈਲਪ ਕਰਦੇ ਆ ਹੁਣ ਮੁੱਕ ਦੀ ਗੱਲ ਇਹ ਆ ਕਿ ਜਿਹੜੀਆਂ ਕੁੜੀਆਂ ਇੱਥੇ ਛੋਟੀ ਉਮਰ ਦੇ ਵਿੱਚ ਆ ਜਾਂਦੀਆਂ ਨੇ ਉਹਨਾਂ ਨੂੰ ਯਾਰ ਵੈਸੇ ਕੋਈ ਪਤਾ ਨਹੀਂ ਹੁੰਦਾ ਆਪਣੇ ਜੇ 18 19 ਸਾਲ ਦੀ ਕੁੜੀ ਨੂੰ ਲਾਲ ਉਮ ਲਾਈਕ ਮੇਰਾ ਇਹ ਮੰਨਣਾ ਹੈ ਕਿ ਜਦੋਂ ਵੀ ਕੋਈ ਕੁੜੀ ਨੂੰ ਤੁਸੀਂ ਭਾਈ ਭੇਜਦੇ ਹੋ ਜਾਂ ਤੁਹਾਨੂੰ ਪ੍ਰੋਪਰ ਸਮਝਾ ਕੇ ਪ੍ਰੋਪਰ ਚੀਜ਼ਾਂ ਦੱਸ ਕੇ ਫਿਰ ਭੇਜੋ ਇਹ ਨਾ ਹੋਵੇ ਕਿ ਤੁਸੀਂ ਉਹਨੂੰ ਘਰੋਂ ਕੱਢਣ ਦੀ ਬਜਾਏ ਇਹ ਨਾ ਤੁਸੀਂ ਇਹ ਨਾ ਸੋਚੋ ਕਿ ਹਾਂ ਯਾਰ ਚਾਲੇ ਦੇ ਵਿਆਹ ਤੇ ਵੀ 20 ਲੱਖ ਲਾਉਣਾ ਇਹਨੂੰ ਬਾਹਰ ਭੇਜ ਦੇਨੇ ਆਪੇ ਸੈੱਟ ਹੋ ਜਗੀ ਬਈ ਇੱਥੇ ਆ ਕੇ ਬਹੁਤ ਜ਼ਿਆਦਾ ਖੁੰਦਾ ਹੈ ਹੁਣ ਜਿਹੜੀ ਭੈਣ ਨੇ ਮੈਨੂੰ ਮੈਸੇਜ ਕੀਤਾ ਸੀ ਉਹਦੇ ਨਾਲ ਕੀ ਗੱਲ ਹੋਈ ਸੀ ਉਹ ਗੁਰਦਾਰਾ ਸਾਹਿਬ ਗਈ ਪਹਿਲਾਂ ਜੌਬ ਲੱਭਣ ਗਈ ਉਹਦੇ ਹੱਥ ਦੇ ਵਿੱਚ ਰੈਜ਼ਿਊਮੇ ਸੀ ਉਹ ਰੈਜ਼ਿਊਮੇ ਲੈ ਕੇ ਕਹਿੰਦੀ ਮੈਂ ਗੁਰਦਾਰਾ ਸਾਹਿਬ ਗਈ ਮੱਥਾ ਟੇਕ ਲਗ ਥੋੜੇ ਜਿਹਾ ਦੂਰ ਤੇ ਕਹਿੰਦੀ ਉਹਨਾਂ ਨੇ ਮੈਨੂੰ ਦੇਖਿਆ ਉਹਨਾਂ ਨੇ ਮੈਨੂੰ ਕਿਹਾ ਤੈਨੂੰ ਜੌਬ ਚਾਹੀਦੀ ਹੈ ਕਹਿੰਦੀ ਮੈਂ ਕਹਿ ਬੇਟੀ ਹਾਂ ਮੈਨੂੰ ਜੌਬ ਚਾਹੀਦੀ ਹੈ ਕਿਉਂਕਿ ਜੌਬ ਦੀ ਦਿੱਕਤ ਆ ਕੁੜੀ ਲੱਭ ਰਹੀ ਸੀ ਕਹਿੰਦੀ ਉਹਨਾਂ ਨੇ ਕਿਹਾ ਸਾਡੇ ਕੋਲ ਤੇਰੇ ਲਈ ਇੱਕ ਜੌਬ ਹੈਗੀ ਆ ਜੇ ਤੂੰ ਕਰਨੀ ਚਾਵੇਂ ਕਹਿੰਦੀ ਮੈਂ ਕਿਹਾ ਕੀ ਕਹਿੰਦੀ ਵੀ ਉਹਨਾਂ ਨੇ ਮੈਨੂੰ ਆਪਦਾ ਕਾਰਡ ਦੇਤਾ ਮੇਰਾ ਨੰਬਰ ਲੈ ਲਿਆ ਕਹਿੰਦੀ ਵੀ ਆਹ ਵਾਲੇ ਕਾਰਡ ਤੇ ਆਹ ਐਡਰੈਸ ਤੇ ਫਲਾਣੇ ਦਿਨ ਪਹੁੰਚ ਜੀ ਕਹਿੰਦੀ ਮੈਂ ਅਚਾਨਕ ਹੀ ਉਹ ਕਾਰਡ ਦੇ ਉੱਤੇ ਸਰਚ ਕਰ ਲਿਆ ਵੀ ਇਹ ਕਾਰਡ ਹੈ ਕਿੱਥੇ ਉਹ ਇੱਕ ਕਾਂਡੋ ਦਾ ਐਡਰੈਸ ਸੀ ਮਤਲਬ ਇੱਕ ਘਰ ਦਾ ਐਡਰੈਸ ਸੀ ਘਰ ਦੇ ਐਡਰੈਸ ਤੇ ਤੁਹਾਨੂੰ ਕੋਈ ਜੌਬ ਦੇਣ ਲਈ ਨਹੀਂ ਬਣਾਉਂਦਾ ਇਸ ਕਰਕੇ ਉਹਨੇ ਮੇਰੇ ਨਾਲ ਗੱਲ ਕੀਤੀ ਤੇ ਚਲੋ ਸੌਟ ਆਊਟ ਹੋਇਆ ਮੈਨੂੰ ਵੀ ਥੋੜਾ ਜਿਹਾ ਗਲਤ ਲੱਗਿਆ ਮੈਂ ਕਿਹਾ ਵੀ ਨਹੀਂ ਤੂੰ ਜੌਬ ਇਹਦੇ ਨਾਲ ਤਾਂ ਨਹੀਂ ਕਰ ਚੰਗਾ ਨਹੀਂ ਆ ਵੀ ਇਹ ਮੈਨੂੰ ਕੁਝ ਗਲਤ ਲੱਗ ਰਿਹਾ ਉਹ ਕੁੜੀ ਨੂੰ ਥੋੜੀ ਬਹੁਤ ਅਵੇਅਰਨੈਸ ਹੈਗੀ ਸੀ ਜਿਨ੍ਹਾਂ ਨੂੰ ਇਹ ਅਵੇਅਰਨੈਸ ਨਹੀਂ ਹੁੰਦੀ ਉੱਥੇ ਜਾ ਕੇ ਉਹਨਾਂ ਨਾਲ ਕੁਝ ਵੀ ਹੋ ਸਕਦਾ ਧੱਕਾ ਹੋ ਸਕਦਾ ਵੀਡੀਓਜ਼ ਬਣਾ ਸਕਦੇ ਜਾਂ ਕੁਝ ਵੀ ਕਰ ਸਕਦੇ ਸੋ ਇਹ ਚੀਜ਼ਾਂ ਕਿ ਜਿਹੜੇ ਬੰਦੇ ਨਿਊਜ਼ ਨਹੀਂ ਪੜ੍ਹਦੇ ਕਿਉਂਕਿ ਇਹ ਨਿਊਜ਼ ਆਰਟੀਕਲ ਸੀ ਦੋ ਤਿੰਨ ਮੈਨੂੰ ਜਿਨ੍ਹਾਂ ਨੇ ਭੇਜੇ ਹਨਾ ਨਿਊਜ਼ ਆਰਟੀਕਲ ਸੀ ਉਸ ਤੋਂ ਬਾਅਦ ਨਿਊਜ਼ ਦੇ ਵਿੱਚ ਵੀ ਆਇਆ ਨਿਊਜ਼ ਦੇ ਵਿੱਚ ਜੇ ਤੁਸੀਂ ਨਹੀਂ ਦੇਖਿਆ ਤੇ ਆਪਣੇ ਚੈਨਲ ਨੂੰ ਕਈ ਬੰਦੇ ਦੇਖਦੇ ਆ ਉਹਨਾਂ ਨੂੰ ਇਹ ਚੀਜ਼ ਦਾ ਸੇਧ ਮਿਲੇ ਮਿਸ ਸੁੰਦਰ ਸਿੰਘ ਕਹਿੰਦੇ ਆ ਕਿ ਜਿਹੜੇ 18 ਕੁ ਸਾਲ ਦੀਆਂ ਕੁੜੀਆਂ ਨੂੰ ਆਪਾਂ ਭੇਜ ਦਿੰਦੇ ਆ ਸਿਰਫ ਇਸੇ ਮਕਸਦ ਲਈ ਕਿ ਉਹ ਬਾਹਰ ਜਾ ਕੇ ਆਪਣੇ ਆਪ ਸੈੱਟ ਹੋ ਜਾਣੀਆਂ ਉਹ ਜ਼ਿਆਦਾ ਇਸ ਦਲਦਲ ਦੇ ਵਿੱਚ ਠੱਕੀਆਂ ਜਾਂਦੀਆਂ ਸੋ ਇਹ ਚੀਜ਼ ਦਾ ਬਈ ਧਿਆਨ ਰੱਖੋ ਤੁਸੀਂ ਆਪਣੀਆਂ ਕੁੜੀਆਂ ਨੂੰ ਜਿਹੜੀਆਂ ਆਪਣੀਆਂ ਭੈਣਾਂ ਨੇ ਆਉਣਾ ਆ ਉਹਨਾਂ ਨੂੰ ਥੋੜਾ ਬਹੁਤ ਸਮਝਾ ਕੇ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਦੱਸ ਕੇ ਜਾਗਰੂਕ ਕਰਕੇ ਫੇਰ ਹੀ ਭੇਜੋ ਬਾਕੀ ਇੱਥੇ ਆ ਕੇ ਬਹੁਤ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਸੋ ਆਪਦਾ ਧਿਆਨ ਰੱਖੋ ਕਿਉਂਕਿ ਇਹਦੇ ਵਿੱਚ ਫਸ ਕੇ ਕੋਈ ਫਾਇਦਾ ਨਹੀਂ ਹੈ ਜ਼ਿੰਦਗੀ ਨਰਕ ਆ ਪਹਿਲਾਂ ਤਾਂ ਤੁਹਾਨੂੰ ਬਹੁਤ ਈਜ਼ੀ ਮਨੀ ਲੱਗੂਗੀ ਪਰ ਬਾਅਦ ਵਿੱਚ ਇਨ ਫਿਊਚਰ ਜੇ ਦੇਖੀਏ ਤਾਂ ਜ਼ਿੰਦਗੀ ਇੱਕ ਤਰੀਕੇ ਦੀ ਤਬਾਹੀ ਹੋ ਜਾਂਦੀ ਆ ਜਿਹੜੇ ਇਹ ਚੀਜ਼ਾਂ ਦੇ ਵਿੱਚ ਫਸੇ ਹੋਇਆ ਉਹ ਅੱਜ ਇਹ ਸੰਸਾ ਦੇ ਨਾਲ ਜੋੜ ਕੇ ਆਪਦੇ ਆਪ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਜੋ ਕਿ ਬਹੁਤ ਔਖਾ ਹੈ ਉਹਨਾਂ ਦੇ ਲਈ ਵੀ ਸੋ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਇਨਫੋਰਮੇਟਿਵ ਲੱਗੀ ਹੋਏਗੀ ਥੋੜੀ-ਬਹੁਤ ਤੇ ਜੇ ਵਧੀਆ ਲੱਗੀ ਆ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋਗੇ ਸਸੀ ਗਾਲ